अमृतसर दे जंडियाला गुरु च रिश्तिया नू तार तार करदा मामला सामने आया। इत्थे रिश्ते च चाचा लगदे गवांडी नौजवान ते 14 साला लड़की नाल जबर जनाह करन दे आरोप लगे हन। पीड़ित परिवार दे मुताबिक ओ जदों काम ते गए सन तां जॉन नामक गवांडी उहनां दे घर च दाखल होया ते उहनां दी लड़की नाल जबरदस्ती बलात्कार करके फरार हो गया। परिवार ने पुलिस ते आरोप लाया है कि मामला दर्ज करन दे बावजूद भी पुलिस आरोपी नू गिरफ्तार नहीं कर रही ते आरोपी उहनां नू धमकियां दे रहा है। ਭਾਜੀ ਮੇਰਾ ਨਾਮ ਬਲਿੰਦਰ ਸਿੰਘ ਬੂਟਾ ਮੈਨੂੰ ਕਹਿੰਦੇ ਆ ਅਤੇ ਵੈਸੇ ਇਹ ਗੱਲ ਹੈਗੀ ਪਰਸੋਂ ਦੀ ਮੇਰੀ ਬੇਟੀ ਇਕੱਲੀ ਸੀ ਘਰ ਅਸੀਂ ਸਾਰੇ ਕੰਮ 'ਤੇ ਗਏ ਮਿਸਿਜ ਵੀ ਕੰਮ 'ਤੇ ਗਏ ਸੀ ਅਤੇ ਆਹ ਮੁੰਡੇ ਗੁਆਂਢੀ ਦੇ ਨਾਨਕੇ ਜੋਰ ਨੇ ਪਹਿਲਾਂ ਆਪਣਾ ਬਾਹਰ ਦਾ ਬੂਹਾ ਬੰਦ ਕੀਤਾ ਉਸ ਤੋਂ ਬਾਅਦ ਸਾਡੇ ਘਰ ਆਇਆ ਇਹਨੇ ਅੰਦਰੋਂ ਕੁੰਡਾ ਬੰਦ ਕਰ ਲਿਆ ਕੁੜੀ ਦਾ ਮੂੰਹ ਘੁੱਟ ਕੇ ਕੁੜੀ ਨੂੰ ਜ਼ਬਰਦਸਤੀ ਬੈੱਡ ਸੁੱਟਿਆ ਉਹਦਾ ਰੇਪ ਕੀਤਾ ਅਤੇ ਉਸ ਤੋਂ ਬਾਅਦ 'ਚ ਅਸੀਂ ਥਾਣੇ ਗਏ ਹਾਂ ਥਾਣੇ ਵਾਲੇ ਕਹਿੰਦੇ ਪੱਤੇ ਪੁੱਤਰ ਸਭ ਦਰਜ ਹੋ ਗਿਆ ਕਹਿੰਦੇ ਕਿ ਤੁਸੀਂ ਮੁੰਡਾ ਫੜਾਓ ਫਿਰ ਅਸੀਂ ਫੜਾਂਗੇ ਅਤੇ ਚਾਰ ਮੁੰਡੇ ਇਹਨਾਂ ਦੇ ਮਤਲਬ ਕਿ ਤਿੰਨ ਚਾਰ ਟੱਬਰ ਦੇ ਜੀ ਇਹਨਾਂ ਦੇ ਪੰਜ ਅਤੇ ਇਹਨਾਂ ਨੇ ਕਿਹਾ ਵੀ ਧਮਕੀ ਦਿੱਤੀ ਸਾਨੂੰ ਕੁੜੀ ਨੂੰ ਅਤੇ ਥਾਣੇ ਜਾ ਕੇ ਕੁਝ ਦੱਸਿਆ ਅਤੇ ਤੁਹਾਨੂੰ ਠੋਕਣਾ ਬੜਾ ਸੀ ਤੁਹਾਡਾ ਮੁੰਡਾ ਵਾ ਆਣ ਕੇ ਬਹਾਨੇ ਲਾਉਂਦਾ ਜੀ ਮੈਂ ਤਾਂ ਉਤਰ ਆਇਆ ਹਾਂ ਇਹ ਕਰਦਾ ਕੁੜੀ ਨੂੰ ਕਹਿੰਦਾ ਮੈਂ ਤੇਰੇ ਚਪੇੜਾ ਬੜੀਆਂ ਮਾਰਨੀ ਆਪਣੇ ਘਰ ਦੇ ਸਾਹਮਣੇ ਕਹਿੰਦਾ ਘਰ ਦੇ ਨੂੰ ਡਰਦਾ ਕਈ ਅੰਦਰ ਚਪੇੜਾ ਬੜੀਆਂ ਮਾਰਨੀ ਆ ਹਾਂਜੀ ਵਿਆਹ ਜੀ ਇੱਕ ਬੇਟਾ ਉਹਦਾ ਇੱਕ ਬੇਟਾ ਵਾ ਸਾਲ ਡੇਢ ਸਾਲ ਦਾ ਮੇਰੀ ਬੇਟੀ ਦੀ ਉਮਰ 14 ਸਾਲ ਜੀ ਝਾੜੀ ਧੱਪਾ ਕਰਦੇ ਜੀ ਕੀ ਮੰਗ ਕਰਦੇ ਜੀ ਹੁਣ ਮੰਗ ਭਾਜੀ ਬਸ ਇਹ ਜੀ ਆਪਣੀ 14 ਸਾਲ ਦੀ ਬੇਟੀ ਆ ਅਤੇ ਇਹਨੂੰ ਇਨਸਾਫ ਮਿਲੇ ਉਹਨੂੰ ਸਜ਼ਾ ਮਿਲੇ ਕਿਉਂਕਿ ਅੱਜ ਮੇਰੀ ਬੇਟੀ ਨਾਲ ਹੋਇਆ ਦੇਸ਼ 'ਚ ਹੋਰ ਵੀ ਬੇਟੀਆਂ ਹੈਗੀਆਂ ਅਤੇ ਕੱਲ੍ਹ ਨੂੰ ਕਿਤੇ ਹੋਰ ਵੀ ਖੇ ਖਾਊਗਾ ਇਹ ਚੰਗਾ ਇਹਨੂੰ ਮਤਲਬ ਕਿ ਪੱਕਾ ਕੰਮ ਕੀਤਾ ਜਾਵੇ ਇਹਨੂੰ ਸਜ਼ਾ ਦਿੱਤੀ ਜਾਵੇ ਉਧਰ ਪੁਲਿਸ ਦਾ ਕਹਿਣਾ ਹੈ ਕਿ ਆਰੋਪੀ ਖਿਲਾਫ਼ ਮਾਮਲਾ ਦਰਜ ਕਰਕੇ ਲੜਕੀ ਦਾ ਮੈਡੀਕਲ ਕਰਵਾਇਆ ਜਾ ਚੁੱਕਾ ਹੈ ਅਤੇ ਆਰੋਪੀ ਦੀ ਗ੍ਰਿਫਤਾਰੀ ਵਾਸਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਹਾਂਜੀ ਇਹ ਲੜਕੀ ਦੀ ਮਦਰ ਦੇ ਬਿਆਨ ਉੱਤੇ ਪਰਚਾ ਦਰਜ ਹੋਇਆ ਲੜਕੀ 14 ਸਾਲਾਂ ਦੀ ਕੰਚਨ ਇਕੱਲੀ ਘਰ ਦੇ ਵਿੱਚ ਸੀਗੀ ਅਤੇ ਗੁਆਂਢੀ ਮਤਲਬ ਚਾਚਾ ਹੀ ਲੱਗਦਾ ਕਹਿ ਲਓ ਅਤੇ ਉਹ ਆ ਕੇ ਉਹਨੂੰ ਕੰਨੀਆਂ ਦੇਖ ਕੇ ਉਹਨਾਂ ਰੇਪ ਕੀਤਾ ਜ਼ਬਰਦਸਤੀ ਉਹਦੇ ਬੇਸ 'ਤੇ ਪਰਚਾ ਦਰਜ ਹੋ ਗਿਆ ਆ 64 ਦੇ ਬਿਆਨ ਹੋ ਗਏ ਮੈਡੀਕਲ ਹੋ ਗਿਆ ਲੜਕੀ ਦਾ ਅਤੇ ਦੋਸ਼ੀ ਉਸੇ ਟਾਈਮ ਫਰਾਰ ਹੋ ਗਿਆ ਸੀ ਰੇਪ ਕਰਕੇ ਉਹਦੀ ਪੜਤਾਲ ਕਰ ਰਹੇ ਹਾਂ ਭੱਜਿਆ ਹੋਇਆ ਫਿਲਹਾਲ ਅਰੈਸਟ ਨਹੀਂ ਹੋਇਆ ਹਜੇ ਕੀ ਧਾਰਾ ਲਗਾਈ ਗਈ ਇਹ 306 ਪੋਕਸੋ ਐਕਟ ਦਾ ਪਰਚਾ ਦਰਜ ਕੀਤਾ 506 ਲੱਗੀ ਹੈ ਧਮਕੀਆਂ ਦਿੱਤੀਆਂ ਸੀਗੀਆਂ ਜਦੋਂ ਤੁਸੀਂ ਦੱਸੇਗੀ ਤਾਂ ਮਾਰ ਦਿੱਤਾ ਜਾਊਗਾ 6 ਪੋਕਸੋ ਤਹਿਤ ਪਰਚਾ ਦਰਜ ਕੀਤਾ ਫਿਲਹਾਲ ਰਿਸ਼ਤਿਆਂ ਨੂੰ ਤਾਰ ਤਾਰ ਕਰਨ ਦੇਣ ਵਾਲਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਸਗੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਸੋ ਲੋੜ ਹੈ ਸਖਤ ਕਾਰਵਾਈ ਕਰਨ ਦੀ ਤਾਂ ਜੋ ਅਜਿਹੀਆਂ ਵਾਰਦਾਤਾਂ ਤੇ ਰੋਕ ਲੱਗ ਸਕੇ ਅੰਮ੍ਰਿਤਸਰ ਤੋਂ ਧਰਮਵੀਰ ਗਿੱਲ ਖਬਰ ਹਰਪਲ ਇੰਡੀਆ ਲਈ